ਹੈਲੋ ਦੋਸਤੋ ਮੈਂ ਲਵਪ੍ਰੀਤ ਤੇ ਅੱਜ ਆਪਾਂ ਗੱਲ ਕਰਾਂਗੇ ਕੰਡਿਆਲੇ ਦੇ ਬਾਰੇ ਦੋਸਤੋ ਕੰਡਿਆਲੇ ਨੂੰ ਪੰਜਾਬੀ ਵਿੱਚ ਝਾੜਚੂਆ ਵੀ ਕਿਹਾ ਜਾਂਦਾ ਹੈ ਅਤੇ ਹਿੰਦੀ ਵਿੱਚ ਸ਼ਸ਼ੁੰਦਰ ਵੀ ਕਿਹਾ ਜਾਂਦਾ ਹੈ ਕੰਡਿਆਲਾ ਚੂਹੇ ਨਾਲ ਬਹੁਤ ਮੇਲ ਖਾਂਦਾ ਹੈ ਪਰ ਅਸਲ ਵਿੱਚ ਇਹ ਚੂਹੇ ਤੋਂ ਬਹੁਤ ਅਲੱਗ ਕਿਸਮ ਦਾ ਜਾਨਵਰ ਹੈ ਇਸ ਦੀ ਲੰਬਾਈ 9 ਇੰਚ ਹੁੰਦੀ ਹੈ ਇਸ ਦੀਆਂ ਨਿੱਕੀਆਂ ਨਿੱਕੀਆਂ ਲੱਤਾਂ ਹੁੰਦੀਆਂ ਹਨ ਇਸ ਦੀ ਪੇਠੇ ਉੱਤੇ ਕੰਡੇ ਹੁੰਦੇ ਹਨ ਇਸ ਨੂੰ ਹੱਥ ਲਾਉਣ ਤੇ ਇਹ ਗੇਂਦ ਵਾਂਗੂ ਬਣ ਜਾਂਦਾ ਹੈ ਆਪਣਾ ਸਿਰ ਆਪਣੀ ਪੂਛ ਨਾਲ ਲਗਾ ਲੈਂਦਾ ਹੈ ਖਤਰਾ ਹੋਣ ਤੇ ਇਹ ਅਕਸਰ ਹੀ ਗੇਂਦ ਬਣ ਜਾਂਦਾ ਹੈ ਅਤੇ ਇਸ ਦੇ ਕੰਡੇ ਖੜੇ ਹੋ ਜਾਂਦੇ ਹਨ ਕੰਡਿਆਲਾ ਸੱਪ ਦਾ ਵੈਰੀ ਹੁੰਦਾ ਹੈ ਇਹ ਕੀੜੇ ਮਕੌੜੇ ਅਤੇ ਦਾਣੇ ਖਾਂਦਾ ਹੈ ਇਹ ਟਿੱਬਿਆਂ ਝਾੜਾਂ 'ਚ ਅਕਸਰ ਦਿਖਾਈ ਦਿੰਦਾ ਹੈ ਕਣਕ ਦੀ ਵਾਢੀ ਤੋਂ ਬਾਅਦ ਇਹ ਕਣਕ ਦੇਆਂ ਪੰਡਾਂ ਥੱਲੇ ਆਪਣਾ ਘਰ ਬਣਾਉਂਦਾ ਹੈ ਜਾਂ ਸਰੋਂ ਦੇ ਛਲਰਿਆਂ ਵਿੱਚ ਵੀ ਰਹਿਣ ਬਸੇਰਾ ਕਰਦਾ ਹੈ ਅੱਜ ਕੱਲ ਕਣਕ ਦੀ ਵੜਾਈ ਕੰਪੈਨ ਨਾਲ ਹੋ ਰਹੀ ਹੈ ਜਿਸ ਕਰਕੇ ਇਸ ਦੇ ਰਹਿਣ ਦੀ ਥਾਂ ਅਲੋਪ ਹੋ ਰਹੀ ਹੈ ਇਸੇ ਕਾਰਨ ਹੀ ਕੰਡਿਆਲਾ ਪੰਜਾਬ ਚੋਂ ਅਲੋਪ ਹੋ ਰਿਹਾ ਹੈ ਦੋਸਤੋ ਪਰਸਨਲੀ ਮੈਂ ਇਸ ਜੀਵ ਨੂੰ 2-3 ਵਾਰ ਵੇਖਿਆ ਹੈ ਦੋਸਤੋ ਬਹੁਤ ਬਹੁਤ ਧੰਨਵਾਦ ਥੈਂਕ ਯੂ